ਸਪੁੱਤਰ ਦਮਨਪ੍ਰੀਤ ਸਿੰਘ ਅਤੇ ਕਾਕੀ ਹਰਵਿੰਦਰ ਕੌਰ ਦਾ ਵਿਆਹ ਹੈ। ਗੁਰੂ ਗੋਬਿੰਦ ਸਿੰਘ ਦੀ ਕਿਰਪਾ ਹੈ, ਉਹਨਾਂ ਦਾ ਵਿਆਹ ਰੱਖਿਆ ਹੋਇਆ ਜੀ। ਅਤੇ ਇਹ ਸਭ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹੈਗੇ ਜੀ, ਮੇਰੇ ਤਾਂ ਹੈ ਨਹੀਂ ਜੀ। ਅਤੇ ਬਾਕੀ ਉਹਨਾਂ ਨੂੰ ਵਧਾਈ ਹੈ ਜੀ, ਬਹੁਤ ਬਹੁਤ ਵਧਾਈ ਹੈ ਜੀ। ਬਸ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਮਨਪ੍ਰੀਤ ਸਿੰਘ ਸ਼ੁਰੂ ਤੋਂ ਹੀ ਬਹੁਤ ਹੀ ਚੰਗਾ ਨੇਕ ਸੁਭਾਅ ਦਾ ਰਿਹਾ, ਅਤੇ ਸਾਡਾ ਮੇਰੇ ਨਾਲ ਤਾਂ ਉਸਦਾ ਬੜਾ ਪਿਆਰ ਸੀ, ਦਾਦੀ ਨਾਲ ਬੜਾ ਪਿਆਰ ਸੀ। ਦਾਦੀ ਸਭ ਤੋਂ ਪਹਿਲਾਂ ਉਹੀ ਉਹ ਪੋਤਰਾ ਸੀ ਜਿਸ ਨਾਲ ਉਸਦੀ ਦਾਦੀ ਇਤਨਾ ਪਿਆਰ ਕਰਦੀ ਸੀ। ਦਮਨਪ੍ਰੀਤ ਸਿੰਘ ਬਹੁਤ ਪਿਆਰਾ ਬੱਚਾ ਵਾ, ਇਹਨੇ ਮੈਨੂੰ ਪਿਆਰ ਨਾਲ ਆਪਣੇ ਭੂਆ ਜੀ ਬਣਾਇਆ ਵਾ, ਅਤੇ ਭੂਆ ਜੀ ਕਹਿੰਦਾ ਵਾ, ਅਤੇ ਮਾਰਾ ਇਸ ਤਰ੍ਹਾਂ ਹੀ ਰਿਸ਼ਤਾ ਨਿਭਾ ਕੇ ਰੱਖਣ, ਆ ਫੁਲਵਾੜੀ ਨੂੰ ਮਹਿਕਾ ਕੇ ਰੱਖਣ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਆਪਣੇ ਚਰਨਾਂ ਦੇ ਨਾਲ ਜੁੜੀ ਰੱਖਣ। ਸੱਚੇ ਪਾਤਸ਼ਾਹ ਕਿਰਪਾ ਕਰਕੇ ਸਾਰੀ ਉਮਰ ਬੱਚਿਆਂ ਨੂੰ ਗੁਰਸਿੱਖੀ ਜੀਵਨ ਬਾਣੀ ਦੇ ਨਾਲ ਸੱਚੇ ਪਾਤਸ਼ਾਹ ਜੀ ਚੜ੍ਹਦੀ ਕਲਾ ਬਖਸ਼ੀ ਰੱਖਣ ਬੱਚਿਆਂ ਨੂੰ ਜੀ। ਗੁਰੂ ਸਾਹਿਬ ਦੀ ਕਿਰਪਾ, ਸੱਚੇ ਪਾਤਸ਼ਾਹ ਦੀ, ਗੁਰੂ ਰਾਮਦਾਸ ਜੀ ਦੀ ਕਿਰਪਾ ਅਨੁਸਾਰ ਗੁਰੂ ਸਾਹਿਬ ਨੇ ਇਹਨਾਂ ਬੱਚਿਆਂ ਦੇ ਸੰਯੋਗ ਜੋੜੇ ਨੇ। ਗੁਰੂ ਸਾਹਿਬ ਦੀ ਕਿਰਪਾ ਨਾਲ ਇਹਨਾਂ ਬੱਚਿਆਂ ਨੂੰ ਗੁਰਸਿੱਖੀ ਜੀਵਨ ਸੱਚੇ ਪਾਤਸ਼ਾਹ ਨੇ ਬਖਸ਼ਿਆ, ਅਤੇ ਅੱਜ ਸਾਨੂੰ ਬਹੁਤ ਖੁਸ਼ੀ ਹੈ। ਇਹ ਸਾਡੀ ਗੁਰਸਿੱਖ ਫੁਲਵਾੜੀ ਨੇ ਬੱਚੇ, ਅਤੇ ਸੱਚੇ ਪਾਤਸ਼ਾਹ ਇਹਨਾਂ ਨੂੰ ਗੁਰਸਿੱਖੀ ਜੀਵਨ ਸਦਾ ਹੀ ਸਾਰਾ ਜੀਵਨ ਗੁਰਸਿੱਖੀ ਜੀਵਨ ਨਾਲ ਬਤੀਤ ਕਰਨ। ਭਾਈ ਦਮਨਪ੍ਰੀਤ ਸਿੰਘ ਜੀ, ਬੀਬੀ ਹਰਵਿੰਦਰ ਕੌਰ ਜੀ ਨੂੰ ਸ਼ੁਭ ਆਨੰਦ ਕਾਰਜ ਦੇ ਆਰੰਭਤਾ ਦੀ ਬਹੁਤ ਬਹੁਤ ਵਧਾਈ ਹੋਵੇ। ਮਹਾਰਾਜ ਇਹਨਾਂ ਦੇ ਆਰੰਭੇ ਕਾਰਜ ਰਾਸ ਕਰਨ, ਖੁਸ਼ੀਆਂ ਦੇ ਵਰਦਾਨ ਬਖਸ਼ਣ। ਸਮੂਹ ਦੋਵਾਂ ਪਰਿਵਾਰਾਂ ਨੂੰ ਲੱਖ ਲੱਖ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹਦਾ ਨਾਂ ਹੀ ਆਨੰਦ ਹੈ, ਤੇ ਫਿਰ ਕਾਰਜ ਆਪੇ ਸਾਹ ਲਾ ਲਓ। ਆਨੰਦ ਹੀ ਆਨੰਦ ਹੀ ਕਾਰਜ, ਕਾਰਜ ਤੇ ਮਾਰਾ ਹੀ ਨਹੀਂ ਕਰਾਉਣਾ ਮੈਂ। ਆਨੰਦ ਕਾਰਜ ਬਥੇਰੇ ਹੁੰਦੇ ਆ, ਪਰ ਜਿਹੜੇ ਫੌਜ ਦੇ ਆਨੰਦ ਕਾਰਜ ਹੁੰਦੇ ਆ ਗੁਰਮਤਿ ਮਰਿਆਦਾ ਨੂੰ, ਉਹ ਤਾਂ ਅੱਲਾ ਹੀ ਹੁੰਦੇ ਆ ਮਹਾਰਾਜ। ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਮਹੱਲੇ 'ਚ ਸ਼ਾਮਿਲ ਹੁੰਦੇ ਆ, ਇੱਦਾਂ ਇੱਕ ਤਾਂ ਆਨੰਦਪੁਰ ਸਾਹਿਬ ਨੇ ਕਾਰਜ ਰੱਖੇ ਸੀ, ਉੱਥੋਂ ਤਖ਼ਤ ਦੇ ਸਾਹਮਣੇ ਸੀਗੇ ਜੀ। ਇੱਦਾਂ ਹੀ ਪ੍ਰਤੀਤ ਹੋਣ ਡਿਆ ਮਹਾਰਾਜ ਆਪ ਵਿੱਚ ਬੈਠੇ ਆ ਸਾਰਿਆਂ ਨੂੰ, ਬਹੁਤ ਆਨੰਦ ਹੈ। ਸਿੱਖ ਦੇ ਆ ਦਿੱਤੇ ਹੋਏ ਆ, ਉਹ ਫੌਜਾਂ ਖੇਡਦੀਆਂ ਰਹੀਆਂ ਅਤੇ ਖੇਡਦੀਆਂ ਰਹਿਣਗੀਆਂ, ਅਤੇ ਖੁਸ਼ੀ 'ਚ ਵੀ ਖੇਡਦੀਆਂ ਅਤੇ ਗਮੀ 'ਚ ਵੀ ਖੇਡਦੀਆਂ, ਜਾਹੋ ਜਲਾਲ 'ਚ ਵੀ ਖੇਡਦੀਆਂ, ਅਤੇ ਜਦੋਂ ਯੁੱਧ ਹੋ ਜਾਵੇ ਫਿਰ ਤਾਂ ਉਹਨਾਂ ਨੇ ਖੇਡਣਾ ਹੀ ਖੇਡਣਾ।
मैं कह रहा जिहो जिहा हिसाब भाभी का है साडी का तो जिहो जिहा भरा का हैगा दोवे मैं कह रहा टच वुड है तो कुछ चेंज करने की लोड़ नहीं है योजे रहो बहुत वधिया हैगा दोहां दा नेचर बहुत वधिया हैगा आ भाभी दा स्पेशली बहुत वधिया नेचर है सहज है उन्हां दे अंदर है ना सेवा करन च हर एक चीज़ च सेवा करन च बाणी पढ़न च अमृत वेले च हर एक चीज़ च नंबर वन हैगे आ बस खुश रहो सुखी वसन अमृत वेला संपन्न चढ़दी कला च रहा ਸਭ ਕਿਰਪਾ ਕਰਨ ਮਾੜਾ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ਣ ਨਿਤਨੇਮ ਦੀਆਂ ਦਾਤਾਂ ਬਖਸ਼ਣ ਸੱਚੇ ਪਾਤਸ਼ਾਹ ਨਿਤਨੇਮ ਨਾਲ ਗੁਰਬਾਣੀ ਨਾਲ ਜੋੜ ਕੇ ਰੱਖੋ ਇਹੀ ਅਰਦਾਸ ਆ ਸਾਡੀ ਸਦਾ ਭਜੋ ਦੇਖੀ ਸੇਵਾ ਤੇ ਰਹਿਣਗੇ ਮਾਲਕ ਦੀ ਅਸੀਸ ਇਹਨਾਂ ਦੇ ਨਾਲ ਦਇਆ ਕਰਨ ਦਾ ਚੜ੍ਹਦੀ ਕਲਾ ਚ ਰਹਿ ਗ੍ਰਸਥ ਜੀਨ ਤੇ ਨਾਮ ਜੀਵਨ ਦੇ ਵਿੱਚ